ਅੱਛਾ, ਮੈਂ ਪਿੰਡ ਅਲੌੜ ਤੋਂ ਆਇਆ ਸੀਗਾ ਜੀ ਹਰਨੇਕ ਸਿੰਘ, ਅਤੇ ਉੱਥੇ ਜੋਗਿੰਦਰਾ ਕੈਂਪ ਲੱਗਿਆ ਸੀਗਾ ਜੀ ਗੋਬਿੰਦਗੜ੍ਹ, ਅਤੇ ਉਹਦੇ ਵਿੱਚ ਮੈਂ ਚੈੱਕਅਪ ਕਰਾਇਆ ਜੀ। ਉਦੋਂ ਬਾਅਦ 'ਚ ਮੈਂ ਆ ਕੇ ਰਾਣਾ ਹੋਸਪਿਟਲ ਦੇ ਵਿੱਚ ਮੈਂ ਆਪਣਾ ਆਪਰੇਸ਼ਨ ਕਰਾਇਆ ਜੀ। 10 ਤਰੀਕ ਨੂੰ ਮੈਂ 11 ਤਰੀਕ ਨੂੰ ਘਰ ਜਾ ਰਿਹਾ ਜੀ। ਮੈਂ ਰਾਣਾ ਹੋਸਪਿਟਲ ਦਾ ਜੋਗਿੰਦਰਾ ਕੈਂਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਮੈਂ ਜੋਗਿੰਦਰਾ ਕਾਸ਼ਤੀ ਮੈਂ ਕਰ ਰਿਹਾ ਉੱਥੋਂ ਜੋਗਿੰਦਰਾ ਕਾਸ਼ਤੀ ਮੰਡੀ ਗੋਬਿੰਦਗੜ੍ਹ ਨੂੰ। ਉੱਧਰ ਜੋਗਿੰਦਰਾ ਗਰੁੱਪ ਵਾਲੇ ਉੱਧਰ ਕੈਂਪ ਲਗਾਇਆ ਥਾ, ਉਸ ਮੇਰੇ ਕੋ ਹਾਰਟ ਡਿਸਕ ਕੀ ਪ੍ਰੋਬਲਮ ਥੀ, ਇਸ ਵਜ੍ਹਾ ਸੇ ਮੇਰੇ ਕੋ ਇਸ ਕੈਂਪ ਇਸੇ ਥਰੂ ਯਹਾਂ ਭੇਜਾ ਥਾ ਰਾਣਾ ਹੋਸਪਿਟਲ ਸਰੰਦ ਮੈਂ। ਇਸ ਮੇਂ ਮੇਰਾ 19-9 ਤਾਰੀਖ ਕੋ ਆਪਰੇਸ਼ਨ ਹੁਆ ਥਾ, ਇਸ ਮੇਂ ਮੇਰਾ ਅਭੀ ਤੱਕ ਆਜ 11 ਤਾਰੀਖ ਕੋ ਡਿਸਚਾਰਜ ਕਰ ਦਿਆ। ਇਸ ਮੇਂ ਅਬ ਮੇਰੇ ਕੋ ਕੋਈ ਪ੍ਰੋਬਲਮ ਨਹੀਂ। ਜੋਗਿੰਦਰਾ ਕਾਸ਼ਤੀ ਔਰ ਰਾਣਾ ਹੋਸਪਿਟਲ ਮੇਰੇ ਤਰਫ ਬਹੁਤ ਬਹੁਤ ਧੰਨਵਾਦ। ਮੈਂ ਹੰਸਰਾਜ ਤੂਰਾਂ ਪਿੰਡ ਦਾ ਰਹਿਣ ਵਾਲਾ ਹਾਂ। ਮੰਡੀ ਗੋਬਿੰਦਗੜ੍ਹ ਦੇ ਵਿੱਚ ਜੋਗਿੰਦਰਾ ਕੈਂਪ ਵੱਲੋਂ ਮੈਂ ਆਪਣਾ ਚੈੱਕਅਪ ਕਰਾਇਆ, ਜਿਸ ਦੇ ਵਿੱਚ ਮੇਰੀ ਬਿਮਾਰੀ ਬਵਾਸੀਰ ਆਈ ਅਤੇ ਮੇਰਾ ਰਾਣਾ ਹਸਪਤਾਲ ਦੇ ਵਿੱਚ ਆਪਰੇਸ਼ਨ ਹੋਇਆ। ਜੋਗਿੰਦਰਾ ਕਾਸਟਿੰਗ ਅਤੇ ਰਾਣਾ ਹਸਪਿਟਲ ਵਾਲਿਆਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਠੀਕ ਠਾਕ ਘਰ ਜਾ ਰਿਹਾ ਹਾਂ।